ਸਤਿ ਸ਼੍ਰੀ ਅਕਾਲ ਜੀ ਅਨਮਿਊਟ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਲਖਵਿੰਦਰ ਸਿੰਘ ਗਿੱਲ ਇਹਨੇ ਦਿਨੀ ਪੰਜਾਬ ਦੇ ਵਿੱਚ ਜਿਹੜੀਆਂ ਜ਼ਿਮਨੀ ਚੋਣਾਂ ਨੂੰ ਲੈ ਕੇ ਸਿਆਸਤ ਪੂਰੇ ਸਿਖਰਾਂ ਤੇ ਹੈ ਜਲੰਧਰ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਇਸ ਜ਼ਿਮਨੀ ਚੋਣਾਂ ਦੇ ਵਿੱਚ ਖੁਦ ਆਪ ਮੈਦਾਨ ਵਿੱਚ ਡਟੇ ਹੋਏ ਨੇ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਹਸ਼ਿਆਰਪੁਰ ਚੱਬੇਵਾਲ ਪਹੁੰਚੇ ਨੇ ਔਰ ਉਸ ਤੋਂ ਬਾਅਦ ਡੇਰਾ ਬਾਬਾ ਨਾਨਕ ਉਹਨਾਂ ਨੇ ਦੌਰਾ ਕੀਤਾ ਇਸੇ ਦੌਰਾਨ ਹੀ ਉਹ ਜੱਬੇਵਾਲ ਅਤੇ ਡੇਰਾ ਬਾਬਾ ਨਾਨਕ ਦੇ ਲੋਕਾਂ ਨੂੰ ਮਿਲੇ ਨੇ ਤੇ ਉਹਨਾਂ ਨੇ ਪ੍ਰਚਾਰ ਕੀਤਾ ਅਤੇ ਆਪਣੀ ਕਾਰਗੁਜ਼ਾਰੀ ਬਾਰੇ ਦੱਸਿਆ ਅਤੇ ਜੋ ਉਹਨਾਂ ਨੇ ਹੁਣ ਤੱਕ ਕੰਮ ਕੀਤੇ ਨੇ ਸਾਲ 2022 ਤੋਂ ਲੈ ਕੇ ਉਹ ਲੋਕਾਂ ਨੂੰ ਦੱਸਿਆ ਤੇ ਲੋਕਾਂ ਨੂੰ ਸਹੂਲਤਾਂ ਦੇਣ ਦੀਆਂ ਗੱਲਾਂ ਕਹੀਆਂ ਪਰ ਇਸ ਦੇ ਵਿਚਾਲੇ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਪੰਜਾਬ ਦੀ ਸਿਆਸਤ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਜੱਬੇਵਾਲ ਵਿਖੇ ਇੱਕ ਵੱਡਾ ਬਿਆਨ ਦੇ ਦਿੱਤਾ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਆਪਣੀ ਪ੍ਰਧਾਨਗੀ ਛੱਡਣ ਦੀ ਇੱਛਾ ਜ਼ਾਹਿਰ ਕੀਤੀ ਹੈ ਜੀ ਹਾਂ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਚੱਬੇਵਾਲ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਬਿਆਨ ਦੇ ਦਿੱਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਆਪਣੀ ਇੱਛਾ ਜ਼ਾਹਿਰ ਕੀਤੀ ਹੈ ਪ੍ਰਧਾਨਗੀ ਛੱਡਣ ਦੀ ਗੱਲ ਕਹੀ ਹੈ ਠੀਕ ਜਿਮਨੀ ਚੋਣਾਂ ਤੋਂ ਪਹਿਲਾਂ ਉਹਨਾਂ ਨੇ ਕਿਹਾ ਕਿ ਪ੍ਰਧਾਨਗੀ ਆ ਜਿਹੜੀ ਉਹ ਹੁਣ ਕਿਸੇ ਹੋਰ ਨੂੰ ਮਿਲਣੀ ਚਾਹੀਦੀ ਆ ਕਿਸੇ ਹੋਰ ਨੂੰ ਮੌਕਾ ਮਿਲਣਾ ਚਾਹੀਦਾ ਜਾਨੀ ਕਿ ਜਿਹੜੇ ਦੂਜੇ ਵਰਕਰ ਨੇ ਉਹਨਾਂ ਨੂੰ ਵੀ ਮੌਕਾ ਮਿਲਣਾ ਚਾਹੀਦਾ ਔਰ ਜਿਹੜੀ ਇਹ ਜ਼ਿੰਮੇਵਾਰੀ ਆ ਕਿਸੇ ਹੋਰ ਨੂੰ ਮਿਲਣੀ ਚਾਹੀਦੀ ਆ ਹੁਣ ਪਾਰਟੀ ਨੂੰ ਜਿਹੜਾ ਪ੍ਰਧਾਨਗੀ ਦੇ ਲਈ ਹੋਰ ਜਿਹੜੇ ਆਗੂ ਨੇ ਉਹ ਚੁਣ ਚੁੜਨਾ ਪਵੇਗਾ ਇਸ ਬਾਰੇ ਉਹਨਾਂ ਨੇ ਹਾਈ ਕਮਾਂਡ ਦੇ ਨਾਲ ਗੱਲ ਵੀ ਕੀਤੀ ਆ ਇਹ ਕਿਹਾ ਜਾ ਰਿਹਾ ਹੁਣ ਵੱਡਾ ਸਵਾਲ ਇਹ ਹੈ ਵੱਡੀ ਗੱਲ ਇਹ ਹੈ ਠੀਕ ਜ਼ਿਮਨੀ ਚੋਣਾ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਅਜਿਹਾ ਬਿਆਨ ਦੇ ਦਿੱਤਾ ਪ੍ਰਧਾਨਗੀ ਛੱਡਣ ਦੀ ਗੱਲ ਕਹੀ ਹੈ ਉਹਨਾਂ ਨੇ ਕਿਹਾ ਕਿ ਹੁਣ ਮੈਂ ਪ੍ਰਧਾਨਗੀ ਦੀ ਕੁਰਸੀ ਛੱਡ ਦਵਾਂਗਾ ਦੂਸਰਿਆਂ ਨੂੰ ਮੌਕਾ ਮਿਲਣਾ ਚਾਹੀਦਾ ਹੈ ਹੁਣ ਆਪਾਂ ਗੱਲ ਕਰਦੇ ਹਾਂ ਕਿ ਜਦੋਂ ਤੋਂ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਲੋਕ ਸਭਾ ਦੇ ਮੈਂਬਰ ਹੁੰਦੇ ਸੀ ਸੰਗਰੂਰ ਤੋਂ ਉਸ ਵੇਲੇ ਤੋਂ ਹੀ ਉਹ ਪ੍ਰਧਾਨਗੀ ਕਰ ਰਹੇ ਨੇ ਪਿਛਲੇ 8-7-8 ਸਾਲਾਂ ਦੌਰਾਨ 60-7-8 ਸਾਲਾਂ ਤੋਂ ਉਹ ਪ੍ਰਧਾਨਗੀ ਕਰ ਰਹੇ ਨੇ ਜਿਸ ਦਾ ਉਹਨਾਂ ਨੂੰ ਫਾਇਦਾ ਵੀ ਮਿਲਿਆ ਸਾਲ 2022 ਦੇ ਵਿੱਚ ਉਹਨਾਂ ਨੂੰ ਪ੍ਰਚੰਡ ਬਹੁਮਤ ਦੇ ਨਾਲ ਪੰਜਾਬੀਆਂ ਨੇ ਜਿਤਾ ਦਿੱਤਾ ਉਹਨਾਂ ਦੇ ਚਿਹਰੇ ਨੂੰ ਉਹਨਾਂ ਦੇ ਨਾਮ ਤੇ ਵੋਟਾਂ ਪਈਆਂ ਲੋਕਾਂ ਨੇ ਝਾੜੂ ਵਾਲੇ ਬਟਨ ਦਬ ਦਬ ਕੇ ਨੇਰੀ ਲਿਆ ਦਿੱਤੀ ਤੇ ਵਿਰੋਧੀਆਂ ਨੂੰ ਖੁੰਝੇ ਲਗਾ ਦਿੱਤਾ ਆਖਿਰਕਾਰ ਮੁੱਖ ਮੰਤਰੀ ਭਗਵੰਤ ਮਾਨ ਹੋរី ਬਣ ਕੇ ਕੁਰਸੀ ਤੇ ਕਾਬਜ਼ ਹੋ ਗਏ ਤੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਉਹਨਾਂ ਨੇ ਜਿਹੜੀ ਇੱਛਾ ਪ੍ਰਗਟ ਕੀਤੀ ਹੈ ਇੱਛਾ ਜਿਤਾਈ ਹੈ ਪ੍ਰਧਾਨਗੀ ਛੱਡਣ ਦੀ ਹੁਣ ਕੌਣ ਹੋਵੇਗਾ ਅਗਲਾ ਪ੍ਰਧਾਨ ਇਹ ਇੱਕ ਵੱਡਾ ਸਵਾਲ ਹੈ ਹਿੰਦੂ ਚਿਹਰਾ ਹੋਵੇਗਾ ਸਿੱਖ ਚਿਹਰਾ ਹੋਵੇਗਾ ਦਲਿਤ ਚਿਹਰਾ ਹੋਵੇਗਾ ਜੇਕਰ ਆਪਾਂ ਸਿੱਖ ਚਿਹਰੇ ਵੱਜੂ ਦੇਖੀਏ ਕਿਸੇ ਸਿੱਖ ਚਿਹਰੇ ਨੂੰ ਸਾਹਮਣੇ ਲੈ ਕੇ ਆਉਂਦੇ ਨੇ ਜਦ ਕੋਈ ਦਾਵੇਦਾਰ ਹੁੰਦਾ ਤਾਂ ਸਭ ਤੋਂ ਵੱਡਾ ਚਿਹਰਾ ਸਰਦਾਰ ਕੁਲਤਾਰ ਸਿੰਘ ਸੰਧਵਾ ਹੋਰਾਂ ਦਾ ਜਿਹੜੇ ਡਿਪਟੀ ਜਿਹੜੇ ਸਪੀਕਰ ਨੇ ਵਿਧਾਨ ਸਭਾ ਦੇ ਸਪੀਕਰ ਨੇ ਉਹ ਕੁਲਤਾਰ ਸਿੰਘ ਸੰਧਵਾ ਹੋਰੀ ਚੰਗੇ ਬੁਲਾਰੇ ਵੀ ਨੇ ਸੂਝਵਾਨ ਆਗੂ ਵੀ ਨੇ ਸੋ ਉਹਨਾਂ ਦਾ ਉਹ ਵੀ ਦਾਵੇਦਾਰ ਹੋ ਸਕਦੇ ਨੇ ਔਰ ਜੇਕਰ ਆਪਾਂ ਗੱਲ ਕਰੀਏ ਦਲਿਤ ਭਾਈਚਾਰੇ ਦੀ ਤਾਂ ਦਲਿਤ ਭਾਈਚਾਰੇ ਦੇ ਵਿੱਚੋਂ ਕੁਲਵੰਤ ਸਿੰਘ ਪੰਡੋਰੀ ਜਿਹੜੇ ਉਹ ਹੋ ਸਕਦੇ ਨੇ ਜੋ ਕਿ ਮਹਿਲ ਕਲਾ ਤੋਂ ਆਗੂ ਨੇ ਆਮ ਆਦਮੀ ਪਾਰਟੀ ਦੇ ਇਸ ਦੇ ਨਾਲ ਹੀ ਦਲਿਤ ਸਿੰਘ ਚੀਮਾ ਵੀ ਦਾਵੇਦਾਰ ਹੋ ਸਕਦੇ ਨੇ ਇਸ ਦੇ ਨਾਲ ਹੀ ਜਿਹੜੇ ਬੁੱਧਰਾਮ ਨੇ ਕਾਰਜਕਾਰੀ ਪ੍ਰਧਾਨ ਨੇ ਉਹ ਵੀ ਹੋ ਸਕਦੇ ਨੇ ਦ੍ਰਿਤ ਚੇਰੇ ਦੇ ਜਿਹੜੇ ਦਾਵੇਦਾਰ ਨੇ ਦਲਿਤ ਭਾਈਚਾਰੇ ਤੋਂ ਆਉਂਦੇ ਨੇ ਇਹ ਦਾਵੇਦਾਰ ਹੋ ਸਕਦੇ ਨੇ ਉੱਥੇ ਹੀ ਹੁਣ ਆਪਾਂ ਗੱਲ ਕਰੀਏ ਕਿ ਜੇਕਰ ਭਾਜਪਾ ਦੇ ਵਾਂਗੂ ਜਾਂ ਕਾਂਗਰਸ ਦੇ ਵਾਂਗੂ ਪੱਤਾ ਖੇਡਣ ਦੀ ਗੱਲ ਸੋਚ ਰਹੀ ਹੋਵੇ ਆਮ ਆਦਮੀ ਪਾਰਟੀ ਤਾਂ ਉੱਥੇ ਹਿੰਦੂ ਚੇਰਾ ਵੀ ਬਣਾਇਆ ਜਾ ਸਕਦਾ ਹੈ ਕਿਉਂਕਿ ਬਰਨਾਲਾ ਹੁਸ਼ਿਆਰਪੁਰ ਡੇਰਾ ਬਾਬਾ ਨਾਨਕ ਇਹਨਾਂ ਜਿਹੜੇ ਤਿੰਨ ਹਲਕੇ ਨੇ ਇਹਨਾਂ ਦੇ ਵਿੱਚ ਹਿੰਦੂ ਵੋਟਰਾਂ ਦੀ ਗਿਣਤੀ ਜ਼ਿਆਦਾ ਹੈ ਸੋ ਜੇਕਰ ਹਿੰਦੂ ਕੋਈ ਚਿਹਰਾ ਲੈ ਕੇ ਆਉਂਦੇ ਨੇ ਸਾਹਮਣੇ ਤਾਂ ਉਹਦੇ ਵਿੱਚ ਅਮਨ अरोड़ा ਨੇ ਜਿਹੜੇ ਮੰਤਰੀ ਨੇ ਸਟੈਂਪ ਕੈਬਨਿਟ ਮੰਤਰੀ ਉਹ ਵੀ ਦਾਵੇਦਾਰ ਹੋ ਸਕਦੇ ਨੇ ਜੇਕਰ ਮੰਨ ਲਓ ਕੋਈ ਹਿੰਦੂ ਚਿਹਰੇ ਨੂੰ ਬਣਾ ਦਿੱਤਾ ਜਾਂਦਾ ਪ੍ਰਧਾਨ ਤਾਂ ਇਸ ਦਾ ਫਾਇਦਾ ਪਾਰਟੀ ਨੂੰ ਜ਼ਰੂਰ ਮਿਲੇਗਾ ਕਿਉਂਕਿ ਜਿਹੜੇ ਹਿੰਦੂ ਵੋਟਰ ਨੇ ਉਹ ਪ੍ਰਭਾਵਿਤ ਹੋ ਸਕਦੇ ਨੇ ਜੇਕਰ ਆਪਾਂ ਹੁਣ ਗੱਲ ਕਰੀਏ ਪਿਛਲੀਆਂ ਵਿਧਾਨ ਸਭਾ ਲੰਗੀਆਂ ਵਿਧਾਨ ਸਭਾ ਸਾਲ 2017 ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਜਿਹੜੀ ਕਾਂਗਰਸ ਆ ਕਾਂਗਰਸ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਸਿੱਖ ਚਿਹਰਾ ਸੀ ਮੁੱਖ ਮੰਤਰੀ ਪਰ ਜਿਹੜਾ ਉਹਨਾਂ ਦਾ ਪ੍ਰਧਾਨ ਸੀ ਉਹ ਸੁਨੀਲ ਜਾਖੜ ਰਹੇ ਨੇ ਤੇ ਇਸੇ ਤਰ੍ਹਾਂ ਹੀ ਹੁਣ ਭਾਜਪਾ ਦੇ ਵਿੱਚ ਆ ਸੁਨੀਲ ਜਾਖੜ ਨੇ ਜਿਹੜੇ ਉਹਨੇ ਪ੍ਰਧਾਨ ਨੇ ਸੋ Hindu ਚਿਹਰਾ ਬਣਾ ਕੇ ਜਿਹੜੀ ਆਮ ਆਦਮੀ ਪਾਰਟੀ ਆ ਉਹ ਕਿਤੇ ਨਾ ਕਿਤੇ ਜਿਹੜੇ Hindu ਵੋਟਰ ਨੇ ਉਹਨਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ ਕਿਉਂਕਿ ਇਹਨਾਂ ਤਿੰਨ ਸੀਟਾਂ ਦੇ ਵਿਚ ਇਹਨਾਂ ਤਿੰਨ ਸੀਟਾਂ ਦੇ ਅੰਦਰ ਜਿਹੜੇ Hindu ਲੋਕ ਨੇ ਉਹ ਜ਼ਿਆਦਾ Hinduਾਂ ਦੀ ਗਿਣਤੀ ਜ਼ਿਆਦਾ ਹੈ ਵੈਸੇ ਵੀ ਪੰਜਾਬ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਤਾਂ 38. ਕੁਛ ਨੇ ਜਿਹੜੇ ਉਹ Hindu ਰਹਿੰਦੇ ਨੇ Hinduਾਂ ਦੀ ਗਿਣਤੀ ਜ਼ਿਆਦਾ ਬਹੁ ਗਿਣਤੀ ਦੇ ਵਿੱਚ Hindu ਨੇ ਸੋ ਕਿਤਨਾ ਕਿਤੇ ਆਮ ਆਦਮੀ ਪਾਰਟੀ ਨੂੰ ਜਿਹੜਾ ਉਹਦਾ ਫਾਇਦਾ ਹੋ ਸਕਦਾ ਉਸ ਨੂੰ ਲੈ ਕੇ ਵੀ ਜਿਹੜੇ ਬੁੱਧੀਜੀਵੀ ਨੇ ਇਸ ਬਿਆਨ ਨੂੰ ਦੇਖਦੇ ਨੇ ਇਸ ਐਂਗਲਾਂ ਕਈ ਐਂਗਲਾਂ ਤੋਂ ਇਸ ਬਿਆਨ ਨੂੰ ਦੇਖਿਆ ਜਾ ਰਿਹਾ ਹੈ ਮੁੱਖ ਮੰਤਰੀ ਦੇ ਪਰ ਲੇਕਿਨ ਆਪਾਂ ਇੱਕ ਗੱਲ ਹੋਰ ਵੀ ਇੱਥੇ ਜ਼ਿਕਰ ਕਰ ਦਈਏ ਕਿ ਜਿਹੜੀ ਆਮ ਆਦਮੀ ਪਾਰਟੀ ਆ ਸਿਆਸੀ ਜਿਹੜੇ ਪੰਡਤ ਨੇ ਸਿਆਸੀ ਮਾਹਿਰ ਨੇ ਉਹ ਤਾਂ ਸਿਰਫ ਅੰਦਾਜ਼ੇ ਲਗਾਉਂਦੇ ਅੰਦਾਜ਼ੇ ਲਗਾਉਂਦੇ ਰਹ ਜਾਂਦੇ ਨੇ ਪਰ ਆਮ ਆਦਮੀ ਪਾਰਟੀ ਸਪਰਾਈਜ਼ ਦੇ ਦਿੰਦੀ ਆ ਆਪਾਂ ਨੇ ਕਿਸੇ ਨੂੰ ਸੋਚਿਆ ਵੀ ਨਹੀਂ ਹੋਣਾ ਕਿ ਜਿਹੜੀ ਆਤਸ਼ੀ ਨੇ ਉਹ ਦਿੱਲੀ ਦੇ ਮੁੱਖ ਮੰਤਰੀ ਬਣ ਜਾਣਗੇ ਜੇਕਰ ਆਪਾਂ ਥੋੜਾ ਸਮਾਂ ਪਿਛਲੇ ਲੰਗੇ ਮਹੀਨੇ ਦੀ ਗੱਲ ਕਰੀਏ ਤਾਂ ਦਿੱਲੀ ਦੇ ਵਿੱਚ ਸਭ ਤੋਂ ਵੱਡਾ ਫੇਰ ਬਦਲ ਹੋਇਆ ਅਰਵਿੰਦ ਕੇਜਰੀਵਾਲ ਹੋਰਾਂ ਨੇ ਝਟਪਟ ਫੈਸਲਾ ਲਿਆ ਅਤੇ ਆਪਣੀ ਜਿਹੜੀ ਕੁਰਸੀ ਛੱਡ ਦਿੱਤੀ ਤੇ ਆਤਸ਼ੀ ਨੂੰ ਦਿੱਲੀ ਦਾ ਮੁੱਖ ਮੰਤਰੀ ਬਣਾ ਦਿੱਤਾ ਕੈਬਨਟ ਦੇ ਕੈਬਨਟ ਦੇ ਵਿੱਚ ਵੀ ਉਹਨਾਂ ਦੇ ਜਿਹੜੇ ਨਵੇਂ ਚਿਹਰੇ ਸੀ ਉਹਨਾਂ ਨੂੰ ਸ਼ਾਮਲ ਕੀਤਾ ਗਿਆ ਨਵੇਂ ਜਿਹੜੇ ਚਿਹਰੇ ਸੀ ਉਹਨਾਂ ਨੂੰ ਮੌਕਾ ਦਿੱਤਾ ਗਿਆ ਤੇ ਉਸ ਤੋਂ ਬਾਅਦ ਫਿਰ ਪੰਜਾਬ ਦੇ ਵਿੱਚ ਵੱਡਾ ਫੇਰਬਦਲ ਕੀਤਾ ਗਿਆ ਕੈਬਨਿਟ ਨੂੰ ਬਦਲ ਦਿੱਤਾ ਗਿਆ ਪੰਜ ਜਿਹੜੇ ਮੰਤਰੀ ਸੀ ਉਹਨਾਂ ਦੀ ਚਾਰ ਚਾਰ ਮੰਤਰੀ ਸੀ ਜਿਹੜੇ ਉਹਨਾਂ ਦੀ ਛੁੱਟੀ ਕਰ ਦਿੱਤੀ ਗਈ ਪੰਜ ਨਵੇਂ ਨੂੰ ਮੌਕਾ ਦਿੱਤਾ ਗਿਆ ਜਿਸ ਦੇ ਵਿੱਚ ਤਰਨਪ੍ਰੀਤ ਸਿੰਘ ਸੌਂਧ ਹੋ ਰਹੀ ਸੀ ਹਲਕਾ ਵਿਧਾਇਕ ਖੰਨੇ ਤੋਂ ਉਹਨਾਂ ਨੂੰ ਮੰਤਰੀ ਬਣਾ ਦਿੱਤਾ ਗਿਆ ਸੱਭਿਆਚਾਰ ਮੰਤਰੀ ਪੰਚਾਇਤੀ ਮੰਤਰੀ ਸੀ ਜਿਹੜਾ ਉਹਨਾਂ ਦਾ ਵਿਭਾਗ ਸੀ ਉਹਨਾਂ ਨੂੰ ਸੌਂਪੇ ਗਏ ਉਸ ਤੋਂ ਬਾਅਦ ਹਰਦੀਪ ਸਿੰਘ ਮੁੰਡਿਆ ਸੋ ਨਵੇਂ ਮੰਤਰੀਆਂ ਨੂੰ ਜਿਹੜਾ ਮੌਕਾ ਦਿੱਤਾ ਗਿਆ ਵੱਡਾ ਫੇਰ ਬਦਲ ਕਰਕੇ ਸੋ ਆਮ ਆਦਮੀ ਪਾਰਟੀ ਜਿਹੜੀ ਉਹ ਸਰਪ੍ਰਾਈਜ਼ ਦਿੰਦੀ ਆ ਹਮੇਸ਼ਾ ਉਹ ਆਪਣੇ ਵਰਕਰਾਂ ਨੂੰ ਆਪਣੇ ਆਗੂਆਂ ਨੂੰ ਹਮੇਸ਼ਾ ਸਰਪ੍ਰਾਈਜ਼ ਦਿੰਦੀ ਆ ਜਿਵੇਂ ਕਿ ਉਹਨਾਂ ਨੇ 2022 ਦੇ ਵਿੱਚ ਵੀ ਜਿਹੜੇ ਨਵੇਂ ਨੌਜਵਾਨ ਮੁੰਡੇ ਸੀ ਉਹਨਾਂ ਨੂੰ ਟਿਕਟਾਂ ਦੇ ਕੇ ਉਹਨਾਂ ਨੇ ਜਿਹੜੇ 92 ਐਮਐਲਏ ਵੱਡੀ ਗਿਣਤੀ ਦੇ ਨਾਲ ਜਿੱਤੇ ਸੀ ਉਸੇ ਤਰ੍ਹਾਂ ਹੀ ਹੁਣ ਵੱਡਾ ਕੋਈ ਫੈਸਲਾ ਹੋ ਸਕਦਾ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਆਪਣੀ ਕੁਰਸੀ ਛੱਡ ਸਕਦੇ ਨੇ ਪ੍ਰਧਾਨਗੀ ਵਾਲੀ ਤੇ ਨਵੇਂ ਪ੍ਰਧਾਨ ਨੂੰ ਮੌਕਾ ਦੇ ਸਕਦੇ ਨੇ ਤਾਂ ਇੱਥੇ ਇਹ ਵੀ ਜ਼ਿਕਰ ਕਰ ਦਈਏ ਕਿ ਹੁਣ ਤੋਂ ਹੀ ਆਮ ਆਦਮੀ ਪਾਰਟੀ ਨੇ ਅੰਦਰ ਖਾਤੇ ਜਿਹੜੀ 2027 ਦੀ ਰਣਨੀਤੀ ਆ ਉਹ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਅਜਿਹੇ ਫੈਸਲੇ ਲਈ ਜਾਂਦੇ ਨੇ ਭਵਿੱਖ ਨੂੰ ਦੇਖ ਕੇ ਲੈ ਜਾਂਦੇ ਨੇ ਸਾਲ ਡੇਢ ਸਾਲ ਦੋਕਸਾਲ ਰਹਿ ਗਏ 2027 ਦੇ ਵਿੱਚ 24 ਚੱਲ ਰਹੇ ਆ 25 26 27 ਤਿੰਨ ਕਸਾਲ ਪਏ ਨੇ ਹਜੇ ਦੋ ਤਿੰਨ ਸਾਲ ਪਏ ਨੇ ਜਿਹੜੇ ਵਖਵੇ ਦੌਰਾਨ ਆਮ ਆਦਮੀ ਪਾਰਟੀ ਕਿਤਨਾ ਕਿਤੇ ਹੋਣੇ ਆਪਣੇ ਜਿਹੜਾ ਆਪਣੀ ਜ਼ਮੀਨੀ ਪੱਧਰ ਉਹਨੂੰ ਮਜ਼ਬੂਤ ਬਣਾਉਣਾ ਚਾਹੁੰਦੀ ਹੈ ਉਸ ਉੱਤੇ ਕੰਮ ਕੀਤਾ ਜਾ ਰਿਹਾ ਆਮ ਆਦਮੀ ਪਾਰਟੀ ਵੱਲੋਂ ਸੋ ਹੁਣ ਦੇਖਣਾ ਹੋਵੇਗਾ ਕਿ ਕੌਣ ਅਗਲਾ ਚਿਹਰਾ ਜਿਹੜਾ ਉਹ ਬਣਦਾ ਪ੍ਰਧਾਨ ਕਿਸ ਨੂੰ ਜ਼ਿੰਮੇਵਾਰੀ ਸੌਂਪੀ ਜਾਂਦੀ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਤਦ ਤੱਕ ਸਾਨੂੰ ਦਿਓ ਇਜਾਜ਼ਤ ਅਗਲੀ ਖਬਰ ਫੇਰ ਮਿਲਾਂਗੇ ਲਾਗੇ